ਧੰਨ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਫੇਰੂ ਮੱਲ ਜੀ ਦੇ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਨੇ। ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਉਹਨਾਂ ਦੀ ਪਰਲੋਕ ਗਮਨ ਕਰਨ ਤੋਂ ਬਾਅਦ, ਉਹਨਾਂ ਦੀ ਬਾਬਾ ਫੇਰੂ ਮੱਲ ਜੀ ਦੀ ਮੌਤ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣੇ ਰੂਪ ਦੇ ਵਿੱਚ ਉਹਨਾਂ ਦੇ ਪੁੱਤਰ ਭਾਈ ਲਹਿਣਾ ਜੀ ਉਸ ਜਥੇ ਦੀ ਵਾਗ ਡੋਰ ਆਪ ਸਾਂਭਦੇ ਨੇ, ਆਪ ਅੱਗੇ ਆਗੂ ਹੋ ਕੇ ਤੁਰਦੇ ਨੇ। ਫਿਰ ਸਾਲ ਛਮਾਈ ਜਿਸ ਤਰ੍ਹਾਂ ਬਾਬਾ ਫੇਰੂ ਮੱਲ ਜੀ ਯਾਤਰਾ ਲੈ ਕੇ ਜਾਂਦੇ ਨੇ ਦੁਰਗਾ ਦੇਵੀ ਦੀ ਹਰ ਸਾਲ, ਇਸ ਤਰ੍ਹਾਂ ਹੁਣ ਭਾਈ ਲਹਿਣਾ ਜੀ ਜਾਣਾ ਸ਼ੁਰੂ ਕਰ ਦਿੰਦੇ ਨੇ। ਭੇਟਾਵਾਂ ਪੜ੍ਹਦੇ ਜਾਂਦੇ ਨੇ ਮਾਤਾ ਜੀ ਦੀਆਂ, ਢੋਲਕੀਆਂ ਛੈਣਿਆਂ ਦੇ ਨਾਲ ਗਾਉਂਦੇ ਜਾਂਦੇ ਨੇ। ਇੱਕ ਦਿਨ ਸਮਾਂ ਆਇਆ, ਜੀਵਨ ਨੇ ਕਰਵਟ ਲਈ, ਜੀਵਨ ਨੇ ਬਦਲਾਅ ਲਿਆਂਦਾ। ਬਦਲਾਅ ਕਦੋਂ ਆਇਆ? ਜਦੋਂ ਇੱਕ ਗੁਰਮੁਖ ਪਿਆਰਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਉੱਚੀ ਉੱਚੀ ਗਾ ਰਿਹਾ ਸੀ ਔਰ ਰਸ ਦੇ ਵਿੱਚ ਭਿੱਜ ਕੇ ਗਾ ਰਿਹਾ ਸੀ, ਆਸਾ ਕੀ ਵਾਰ ਦੇ ਬੋਲ ਗਾ ਰਿਹਾ ਸੀ। ਉਹ ਗਾ ਰਿਹਾ ਸੀ, ਜਿੱਤ ਸੇਵੇ ਹੈ ਸੁੱਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ, ਜਿੱਤ ਕੀਤਾ ਪਾਈ ਹੈ ਆਪਣਾ ਸਾ ਕਾਲ ਬੁਰੀ ਕਿਉਂ ਘਾਲੀ ਹੈ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀ ਹੈ, ਜੋ ਸਾਹਿਬ ਨਾਲ ਨਹਾਰੀ ਹੈ ਅਤੇ ਵੇਹਾ ਪਾਸਾ ਢਾਲੀ ਹੈ, ਕਿਛ ਲਾਹੇ ਉੱਪਰ ਕਾਲੀ ਹੈ। ਇਹ ਸ਼ਬਦ ਭਾਈ ਯੋਧ ਨਾਮੀ ਸਿੱਖ ਦੇ ਮੁੱਖ ਦੇ ਵਿੱਚੋਂ ਨਿਕਲਦੇ ਪਏ ਨੇ। ਅੰਮ੍ਰਿਤ ਵੇਲੇ ਉਹ ਜਾਪ ਕਰਦਾ ਪਿਆ, ਆਸਾ ਕੀ ਵਾਰ ਦਾ ਚਿੰਤਨ ਕਰਦਾ ਪਿਆ। ਕੰਨਾਂ ਦੇ ਵਿੱਚ ਆਵਾਜ਼ ਪੈ ਗਈ ਭਾਈ ਲਹਿਣੇ ਦੇ, ਖਡੂਰ ਸਾਹਿਬ ਦੀ ਧਰਤੀ ਤਾਂ ਹੀ ਜ਼ਿਕਰ ਆਉਂਦਾ ਹੈ, ਖਡੂਰ ਸਾਹਿਬ ਦੀ ਧਰਤੀ 'ਤੇ ਰਹਿੰਦਿਆਂ ਕੰਨਾਂ 'ਚ ਆਵਾਜ਼ ਪੈ ਗਈ ਭਾਈ ਲਹਿਣੇ ਦੇ। ਇਹ ਬੋਲ ਬੜੇ ਗਹਿਰੇ ਨੇ, ਇਹ ਬੋਲ ਬੜੇ ਡੂੰਘੇ ਨੇ, ਇਹ ਬੋਲ ਹਿਰਦੇ ਨੂੰ ਟੁੰਬਦੇ ਨੇ, ਇਹ ਬੋਲ ਜਿਹੜੇ ਨੇ ਪ੍ਰਭਾਵਿਤ ਕਰਦੇ ਨੇ। ਕੋਈ ਨਾ ਕੋਈ ਗੱਲ 'ਤੇ ਜ਼ਰੂਰ ਹੈ, ਇਹ ਬੋਲ ਕੋਈ ਆਮ ਨਹੀਂ ਹੋ ਸਕਦੇ ਜਿਹੜੇ ਪ੍ਰਭਾਵਿਤ ਕਰਦੇ ਹੋਣ, ਇਹ ਹਿਰਦਾ ਕੋਈ ਆਮ ਨਹੀਂ ਹੋ ਸਕਦਾ ਜਿਹੜਾ ਪ੍ਰਭਾਵਿਤ ਕਰਦਾ ਪਿਆ ਹੈ। ਜੁੜਿਆ ਹੋਇਆ ਭਾਈ ਜੋਧ ਬਾਬੇ ਨਾਨਕ ਦੇ ਨਾਲ, ਅੱਜ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਨਾਲ ਜੋੜਨ ਲੱਗਾ ਹੈ। ਯਾਦ ਰੱਖੋ, ਜੁੜਿਆ ਹੋਇਆ ਹੀ ਕਿਸੇ ਨੂੰ ਜੋੜ ਸਕਦਾ ਹੈ, ਟੁੱਟਿਆ ਹੋਇਆ ਕਦੀ ਕਿਸੇ ਨੂੰ ਜੋੜ ਨਹੀਂ ਸਕਦਾ। ਟੁੱਟਿਆ ਹੋਵੇਗਾ, ਤੋੜੇਗਾ ਜ਼ਰੂਰ, ਪਰ ਜੋੜੇਗਾ ਨਹੀਂ। ਜੋੜੇਗਾ ਉਹ ਜਿਹੜਾ ਜੁੜਿਆ ਹੋਇਆ ਗੁਰੂ ਦੇ ਨਾਲ, ਉਹ ਜੋੜੇਗਾ ਜਿਹੜਾ ਖੁਦ ਜੁੜਿਆ ਹੈ। ਜਿਹੜਾ ਖੁਦ ਟੁੱਟਿਆ ਹੈ ਉਹ ਕਿਵੇਂ ਜੋੜ ਦੇਵੇਗਾ? ਗੁਰੂ ਘਰ ਵੱਲ ਨੂੰ ਬਾਂਹ ਫੜ ਕੇ ਕਿਸੇ ਦੀ ਉਹ ਜਨ ਲੈ ਕੇ ਆਵੇਗਾ ਜਿਹਦੀ ਆਪ ਦੀ ਅੰਦਰ ਦੀ ਵਿਰਚੀ ਜਿਹੜੀ ਹੈ ਗੁਰਮੁਖਤਾਈ ਵਾਲੀ ਹੈ, ਮਨਮੁਖਤਾਈ ਵਾਲੀ ਨਹੀਂ। ਮਨਮੁਖਤਾਈ ਵਾਲੇ ਬੰਦੇ ਬਾਹਵਾਂ ਫੜ ਕੇ, ਹੱਥ ਫੜ ਕੇ ਪੱਬਾਂ ਕਲੱਬਾਂ ਦੇ ਵਿੱਚ ਲੋਕਾਂ ਨੂੰ ਲੈ ਕੇ ਜਾਂਦੇ ਨੇ, ਨੱਚਣ ਕੁੱਦਣ ਵਾਸਤੇ ਲੈ ਕੇ ਜਾਂਦੇ ਨੇ, ਅਜਾਸ਼ੀਆਂ ਕਰਨ ਵਾਸਤੇ ਵਾਹਿਗੁਰੂ ਮਾਫ਼ ਕਰਿਓ ਜਾਂਦੇ ਨੇ, ਸ਼ਰਾਬਾਂ ਪਿਉਣ ਵਾਸਤੇ ਲੈ ਕੇ ਜਾਂਦੇ ਨੇ, ਧੱਕੇ ਦੇ ਨਾਲ ਪਿਉਂਦੇ ਨੇ। ਗੁਰਮੁਖਤਾਈ ਵਾਲਾ ਬੰਦਾ, ਧਰਮ ਵਾਲਾ ਬੰਦਾ ਧਰਮ ਦੇ ਰਸਤੇ ਵੱਲ ਨੂੰ ਆਉਂਦਾ ਹੋਇਆ ਨਾਲ ਦੂਜੇ ਨੂੰ ਪ੍ਰੇਰ ਕੇ ਲੈ ਕੇ ਆਵੇਗਾ, ਭਾਈ ਜੇ ਇਹ ਦਲਦਲ ਦੇ ਵਿੱਚ ਡਿੱਗਾ ਹੈ ਤਾਂ ਇਹਨੂੰ ਦਲਦਲ ਦੇ ਵਿੱਚੋਂ ਮੈਂ ਕੱਢ ਲਵਾਂ। ਰੂਹਾਨੀਅਤ ਦੇ ਵਿੱਚ ਭਿੱਜਾ ਹੈ ਭਾਈ ਯੋਧ। ਭਾਈ ਲਹਿਣੇ ਦੇ ਅੰਦਰ ਦੀ ਵੀ ਇਹ ਭਾਵਨਾ ਹੈ ਕਿ ਇੱਕ ਰਸਤਾ, ਇੱਕ ਮਾਰਗ, ਇੱਕ ਪੰਥ ਮੈਨੂੰ ਐਸਾ ਸਾਫ਼ ਸੁਥਰਾ ਮਿਲ ਜਾਵੇ ਜਿਸ ਰਸਤੇ ਦੇ ਵਿੱਚ ਕੋਈ ਟੋਆ ਟਿੱਬਾ ਨਾ ਹੋਵੇ, ਮੈਂ ਬਿਨਾਂ ਕਿਸੇ ਠੇਡੇ ਖਾਂਦਿਆਂ, ਬਿਨਾਂ ਕਿਸੇ ਡਿੱਗਦਿਆਂ ਮੈਂ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਘਰ ਤੱਕ ਪੁੱਜ ਜਾਵਾਂ, ਐਸਾ ਰਸਤਾ ਮੈਨੂੰ ਮਿਲ ਜਾਵੇ। ਭਾਈ ਲਹਿਣੇ ਦੇ ਅੰਦਰ ਦੀ ਵੀ ਇਹ ਖੁਆਇਸ਼ ਸੀ, ਇਹ ਚਾਹਨਾ ਸੀ। ਐਵੇਂ ਉੱਠ ਕੇ ਭਾਈ ਯੋਧ ਵੱਲ ਨੂੰ ਭਾਈ ਲਹਿਣਾ ਨਹੀਂ ਗਿਆ, ਭਾਈ ਲਹਿਣਾ ਭਾਈ ਯੋਧ ਵੱਲ ਨੂੰ ਆਪ ਉੱਠ ਕੇ ਜਾਂਦਾ ਹੈ। ਪਿਆਸ ਲੱਗੀ ਹੋਵੇ ਦਰਿਆ ਵੱਲ ਨੂੰ ਆਪ ਉੱਠ ਕੇ ਜਾਈਦਾ ਹੈ, ਪਿਆਸ ਲੱਗੀ ਹੋਵੇ ਰਸੋਈ ਘਰ ਵੱਲ ਨੂੰ, ਪਾਣੀ ਵੱਲ ਨੂੰ ਆਪ ਉੱਠ ਕੇ ਜਾਈਦਾ, ਭੁੱਖ ਲੱਗੀ ਹੋਵੇ
ਅਤੇ ਪ੍ਰਸ਼ਾਦਾ ਛਕਣ ਵਾਸਤੇ ਆਪ ਜਾ ਕੇ ਕਈ ਵਾਰ ਥਾਲੀ ਲੈ ਕੇ ਹੱਥ ਦੇ ਵਿੱਚ ਪ੍ਰਸ਼ਾਦਾ ਰੱਖ ਕੇ ਪਾ ਕੇ ਛਕ ਲਿਆ ਜਾਂਦਾ ਕਿਉਂਕਿ ਭੁੱਖ ਲੱਗੀ ਹੈ। ਅਤੇ ਜੇ ਭੁੱਖ ਹੀ ਨਾ ਲੱਗੀ ਹੋਵੇ ਤਾਂ ਫਿਰ ਰੋਟੀ ਵਾਲੇ ਪਾਸੇ ਨੂੰ ਬੰਦਾ ਜਾਂਦਾ ਹੀ ਨਹੀਂ, ਪਿਆਸ ਨਾ ਲੱਗੀ ਹੋਵੇ ਤਾਂ ਫਿਰ ਪਾਣੀ ਵਾਲੇ ਪਾਸੇ ਨੂੰ ਬੰਦਾ ਤੁਰਦਾ ਹੀ ਨਹੀਂ। ਸੱਚ ਗੱਲ ਇਹ ਹੈ ਜਿਸ ਦਿਨ ਰੂਹਾਨੀਅਤ ਦੀ ਪਿਆਸ ਲੱਗ ਗਈ ਉਸ ਦਿਨ ਗੁਰਦੁਆਰੇ ਵਾਲੇ ਪਾਸੇ ਨੂੰ ਦੌੜ ਕੇ ਆਵਾਂਗੇ, ਜਿਸ ਦਿਨ ਇਸ ਰੂਹਾਨੀਅਤ ਦਾ ਭੋਜਨ ਛਕਣ ਦੀ ਭੁੱਖ ਲੱਗੀ ਉਸ ਦਿਨ ਗੁਰਦੁਆਰੇ ਤੋਂ ਬਿਨਾਂ ਰਿਹਾ ਨਹੀਂ ਜਾਣਾ, ਸਵੇਰੇ ਵੀ ਆਵਾਂਗੇ ਸ਼ਾਮ ਨੂੰ ਵੀ ਆਵਾਂਗੇ। ਜੇ ਗੁਰਦੁਆਰੇ ਆਉਣ ਨੂੰ ਜੀ ਨਹੀਂ ਕਰਦਾ, ਜਪਜੀ ਸਾਹਿਬ ਦਾ ਗੁਟਕਾ ਸਾਹਿਬ ਹੱਥ ਦੇ ਵਿੱਚ ਫੜਨ ਨੂੰ ਦਿਲ ਨਹੀਂ ਕਰਦਾ, ਇਹਦਾ ਮਤਲਬ ਇਹ ਹੈ ਕਿ ਅਜੇ ਗੁਰਬਾਣੀ ਦੀ ਭੁੱਖ ਨਹੀਂ ਲੱਗੀ, ਅਜੇ ਪਿਆਸ ਨਹੀਂ ਲੱਗੀ ਰੂਹਾਨੀਅਤ ਦੀ। ਜਿਸ ਦਿਨ ਪਿਆਸ ਲੱਗੀ ਹੋਵੇ ਉਸ ਦਿਨ ਪੁੱਛਣ ਦੀ ਲੋੜ ਨਹੀਂ ਪੈਂਦੀ ਕਿ ਬਾਣੀ ਪੜ੍ਹਨੀ ਕਿਵੇਂ ਹੈ, ਬਾਣੀ ਪੜ੍ਹਨ ਦਾ ਤਰੀਕਾ ਕੀ ਹੈ। ਜਦੋਂ ਭੁੱਖ ਲੱਗੀ ਹੋਵੇ, ਲਹਿਣੇ ਦੇ ਅੰਦਰ ਭੁੱਖ ਹੈ, ਭਾਈ ਲਹਿਣਾ ਰੱਜਿਆ ਨਹੀਂ ਸੀ, ਯਾਦ ਰੱਖੋ, ਜਾਂਦਾ ਜ਼ਰੂਰ ਹੈ, ਦੁਰਗਾ ਦੀ ਯਾਤਰਾ ਲੈ ਕੇ ਆਗੂ ਬਣ ਕੇ ਜਾਂਦਾ ਹੈ, ਮਗਰ ਲੋਕ ਨੇ ਚੌਧਰੀ ਹੈ ਇੱਕ ਤਰੀਕੇ ਨਾਲ ਭਾਈ ਲਹਿਣਾ। ਅਤੇ ਬੰਦਾ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਕਹਿੰਦਾ ਭਾਈ ਮੇਰਾ ਮਾਣ ਸਮਾਨ ਹੈ ਦਸਾਂ ਬੰਦਿਆਂ ਦੇ ਵਿੱਚ, ਮੈਨੂੰ ਕੀ ਲੋੜ ਪਈ ਹੈ ਹੋਰ ਕੋਈ ਕੰਮ ਕਰਨ ਦੀ, ਮੈਂ ਕਿਉਂ ਇਹਨਾਂ ਦਾ ਆਸਰਾ ਛੱਡਾਂ, ਮੈਂ ਇਹਨਾਂ ਦੇ ਸਗੋਂ ਆਗੂ ਬਣਿਆ ਹਾਂ, ਆਗੂ ਬਣ ਕੇ ਲੋਕ ਤੁਰਦੇ ਨੇ ਨਾ। ਅਤੇ ਭਾਈ ਲਹਿਣੇ ਨੇ ਇੱਕ ਛਿੰਨ ਲਾਇਆ ਆਪਣੇ ਸੰਗੀ ਸਾਥੀਆਂ ਦਾ ਸ਼ਾਰਥ ਛੱਡਣ ਵਾਸਤੇ, ਢੋਲਕੀ ਸਾਈਡ 'ਤੇ ਰੱਖ ਦਿੱਤੀ, ਛੈਣੇ ਸਾਈਡ 'ਤੇ ਰੱਖ ਦਿੱਤੇ, ਮੈਨੂੰ ਨਹੀਂ ਲੋੜ, ਕਹਿੰਦੇ ਮੈਂ ਨਹੀਂ ਭੇਟਾਂ ਗਾਉਣੀਆਂ ਹੁਣ, ਮੈਂ ਕੁਝ ਨਹੀਂ ਕਰਨਾ, ਮੈਨੂੰ ਘਰ ਮਿਲ ਗਿਆ, ਮੈਨੂੰ ਰਸਤਾ ਮਿਲ ਗਿਆ, ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ, ਮਿੱਟਿਆ ਅੰਧੇਰਾ ਚੰਦ ਚੜ੍ਹਿਆ, ਹੁਣ ਪ੍ਰਕਾਸ਼ ਹੋ ਗਿਆ ਹੈ। ਉਹ ਭਾਈ ਲਹਿਣਾ ਅੰਦਰੋਂ ਪਿਆਸਾ, ਅੰਦਰੋਂ ਭੁੱਖ ਰੱਖ ਕੇ ਭਾਈ ਯੋਧ ਵੱਲ ਨੂੰ ਆਪ ਉੱਠ ਕੇ ਜਾਂਦਾ ਹੈ, ਭਾਈ ਯੋਧ ਨਹੀਂ ਉੱਠ ਕੇ ਆਉਂਦਾ, ਭਾਈ ਯੋਧ ਵੱਲ ਨੂੰ ਭਾਈ ਲਹਿਣਾ ਆਪ ਉੱਠ ਕੇ ਜਾਂਦਾ ਹੈ। ਪਰ ਅੱਜ ਹਾਲਤ ਇੱਦਾਂ ਦੀ ਹੋ ਗਈ ਹੈ ਕਿ ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਨਾੜੇ ਜਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬੜਾ ਸੋਹਣਾ ਕਥਨ ਹੈ, ਕਹਿੰਦੇ ਏਡਾ ਭਿਆਨਕ ਸਮਾਂ ਹੈ ਕਲਯੁੱਗ ਦਾ ਕਿ ਸੇਵਕ ਜਿਹੜੇ ਨੇ, ਚੇਲੇ ਜਿਹੜੇ ਨੇ, ਉਹ ਘਰਾਂ 'ਚ ਬੈਠੇ ਨੇ, ਗੁਰੂ ਜਾ ਕੇ ਘਰਾਂ 'ਚ ਉਹਨਾਂ ਨੂੰ ਸਮਝਾਉਂਦੇ ਪਏ ਨੇ ਕਿ ਭਾਈ ਉੱਠੋ, ਬਾਹਰ ਨਿਕਲੋ, ਘਰਾਂ 'ਚ ਆਓ, ਗੁਰਦੁਆਰੇ ਆਓ, ਜਾਂ ਆਓ ਤੁਹਾਨੂੰ ਸਿੱਖਿਆ ਦੀ ਕੋਈ ਗੱਲ ਦੱਸੀਏ ਸੁਣਾਈਏ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਨਾੜੇ ਜਾਏ। ਗੁਰੂ ਵਿਚਾਰੇ ਘਰ ਘਰ ਤੁਰੇ ਫਿਰਦੇ ਨੇ ਹੋਕਾ ਦਿੰਦੇ ਕਿ ਕੋਈ ਚੰਗੀ ਗੱਲ ਸਿੱਖ ਲਓ, ਕੋਈ ਚੰਗਾ ਮਾਰਗ ਤੈਅ ਕਰ ਲਓ, ਗੁਰਦਾ ਇਤਿਹਾਸ ਦੱਸਣ ਵਾਸਤੇ ਘਰ ਘਰ ਹੋਕੇ ਦੇਣੇ ਪੈ ਰਹੇ ਨੇ, ਫੋਨ ਫਾਨ ਕਰਕੇ ਸੱਦਣਾ ਪੈਂਦਾ ਕਿ ਅੱਜ ਗੁਰਦੁਆਰੇ ਪ੍ਰੋਗਰਾਮ ਰੱਖਿਆ ਭਾਈ ਆਇਓ। ਚਾਹੀਦਾ ਤਾਂ ਇਹ ਸੀ ਕਿ ਆਪ ਭੱਜ ਕੇ ਆਉਂਦੇ, ਆਪ ਮੁਹਾਰੇ ਆਉਂਦੇ, ਪਰ ਉਲਟਾ ਕੰਮ ਹੋਣ ਲੱਗ ਪਿਆ ਹੈ। ਚੇਲੇ ਸਾਜ ਵਜਾਏ ਦੇ ਨੱਚਣ ਗੁਰ ਬਹੁਬਿਧ ਭਾਈ, ਇਵੇਂ ਦੀ ਹਾਲਤ ਹੋ ਗਈ ਅੱਜ ਕੱਲ੍ਹ। ਇਹ ਭਾਈ ਲਹਿਣਾ ਅੰਦਰੋਂ ਪਿਆਸਾ ਹੈ ਅਤੇ ਭਾਈ ਯੋਧ ਵੱਲ ਨੂੰ ਉੱਠ ਕੇ ਆਪ ਜਾਂਦਾ ਹੈ। ਕਿਸ ਦੀ ਬਾਣੀ ਪੜ੍ਹਦੇ ਹੋ? ਇਸ ਬਾਣੀ 'ਚ ਰਸ ਬੜਾ, ਆਨੰਦ ਬੜਾ, ਮੈਂ ਵੀ ਬੜੀਆਂ ਭੇਟਾਵਾਂ ਗਾਈਆਂ ਨੇ, ਮੈਂ ਵੀ ਬੜੇ ਜਿਹੜੇ ਨੇ ਮੰਤਰ ਗਾਏ ਨੇ, ਪਰ ਇੰਨਾ ਆਨੰਦ, ਇੰਨਾ ਰਸ ਮੈਨੂੰ ਅੱਜ ਤੱਕ ਨਹੀਂ ਮਿਲਿਆ ਜਿਹੜਾ ਇੱਕ ਇਹ ਸ਼ਬਦ ਸੁਣ ਕੇ ਮਿਲਿਆ। ਇੱਕ ਹੀ ਸ਼ਬਦ ਤੁਸੀਂ ਬੋਲਿਆ ਅਤੇ ਮੇਰਾ ਅੰਦਰ ਟੁੰਬਿਆ ਗਿਆ ਹੈ, ਇੱਕ ਹੀ ਸ਼ਬਦ ਤੁਸੀਂ ਬੋਲਿਆ ਹੈ ਅਤੇ ਮੇਰੇ ਅੰਦਰ ਆਤਮੇ ਨੂੰ ਜਿਹੜੀ ਹੈ ਉਹ ਰੂਹਾਨੀਅਤ ਦਾ ਇੱਕ ਹੁਲਾਰਾ ਮਿਲਿਆ ਹੈ, ਮੈਨੂੰ ਸਕੂਨ ਮਿਲਿਆ ਹੈ, ਮੈਨੂੰ ਆਨੰਦ ਮਿਲਿਆ ਹੈ, ਮੈਨੂੰ ਸਹਿਜ ਮਿਲਿਆ ਹੈ। ਉਹ ਫਿਰ ਭਾਈ ਯੋਧ ਦੱਸਦੇ ਨੇ ਇਹ ਸ਼ਬਦ ਗੁਰੂ ਨਾਨਕ ਦਾ ਹੈ ਅਤੇ ਕਹਿੰਦੇ ਫਿਰ ਦੱਸੋ ਨਾਨਕ ਕਹਿੰਦੇ ਰਹਿੰਦੇ ਕਿੱਥੇ ਨੇ? ਕਹਿੰਦੇ ਜੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ। ਉਸ ਵਕਤ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਨੇ।
ਆਪਣੀ ਜ਼ਮੀਨ ਆਪ ਵਾਹੁੰਦੇ ਨੇ, ਹੱਥੀਂ ਕਿਰਤ ਕਰਦੇ ਨੇ, ਕਿਸਾਨੀ ਕੀਤੀ ਹੈ ਬਾਬੇ ਨਾਨਕ ਨੇ ਆਪ। ਕਰਤਾਰਪੁਰ ਸਾਹਿਬ ਦੀ ਧਰਤੀ ਦੇ ਨੇ, ਮੈਨੂੰ ਫਿਰ ਲੈ ਚੱਲੋ, ਮੈਂ ਉੱਥੇ ਜਾਣਾ ਹੈ। ਕਰਤਾਰਪੁਰ ਦਾ ਰਸਤਾ ਦੱਸਿਆ ਭਾਈ ਜੋਧ ਨੇ ਕਿ ਭਾਈ ਲਹਿਣਾ ਜੀ ਫਿਰ ਘੋੜੇ ਦੇ ਉੱਪਰ ਸਵਾਰ ਹੋ ਕੇ ਕਰਤਾਰਪੁਰ ਆਪ ਪੁੱਜਦੇ।